ਮੈਂ ਵਾਈਟ ਪੰਜਾਬ ਨੂੰ ਮੈਂ ਇਕੱਲੇ ਵਾਈਟ ਰੰਗ ਨਾਲ ਨਹੀਂ ਵੇਖਦਾ ਆ ਇਹ ਜਵਾਨੀ ਤੋਂ ਬਾਅਦ ਜਦੋਂ ਅਸੀਂ ਆਉਂਦੇ ਆ ਸਾਡੇ ਰੰਗ ਮੱਧਮ ਪੈ ਜਾਂਦੇ ਆ ਸਾਨੂੰ ਸ਼ਾਇਦ ਬਲੈਕ ਐਂਡ ਵਾਈਟ ਨਜ਼ਰ ਆਉਂਦਾ ਜਦੋਂ ਅਸੀਂ ਬਚਪਨ ਚ ਹੁੰਦੇ ਆ ਬੱਚਾ ਜੋ ਇੱਕ ਫੁੱਲ ਦੇ ਰੰਗ ਵੇਖ ਸਕਦਾ ਜਾਂ ਬੱਚਾ ਜੋ ਸਤਰੰਗੀ ਪਿੰਗ ਨੂੰ ਵੇਖ ਸਕਦਾ ਉਹ ਅਸੀਂ ਉਹਦਾ ਆਨੰਦ ਨਹੀਂ ਮਾਣ ਸਕਦੇ ਉਹਨੂੰ ਬੜੇ ਡਿਫਰੈਂਟ ਤਰੀਕੇ ਨਾਲ ਉਹ ਚੀਜ਼ਾਂ ਦੇਖਦੀਆਂ ਨੇ ਤੇ ਉਹ ਬੱਚੇ ਦੀ ਜਿਹੜੀ ਚੀਜ਼ ਹੁੰਦੀ ਆ ਉਹ ਮਲਟੀ ਕਲਰ ਹੁੰਦੀ ਆ ਸਾਡਾ ਪੰਜਾਬ ਉਹ ਆ ਗੁਲਦਸਤਾ ਹੈਗਾ ਠੀਕ ਹੈ ਉਹ ਗੁਲਦਸਤੇ ਦੇ ਵਿੱਚ ਇੰਨੇ ਤਰ੍ਹਾਂ ਦੇ ਰੰਗ ਨੇ ਇੰਨੇ ਤਰ੍ਹਾਂ ਦੀਆਂ ਚੀਜ਼ਾਂ ਨੇ ਮਤਲਬ ਉਹਦੇ ਵਿੱਚੋਂ ਕੱਲਾ ਚਿੱਟਾ ਹੀ ਕਿਉਂ ਗਿਣਿਆ ਜਾਂਦਾ ਠੀਕ ਹੈ ਨਾ ਚਿੱਟਾ ਇੰਪੋਰਟੈਂਟ ਰੰਗ ਆ ਪੰਜਾਬ ਦਾ ਚਾਹੇ ਦੁੱਧ ਮੱਖਣਾ ਚਲਾ ਲਓ ਮਾਂ ਦੇ ਦੁੱਧ ਚਲਾ ਲਓ ਚਿੱਟੇ ਕੱਪੜਿਆਂ ਚ ਲਾ ਲਓ ਸਾਡੀ ਸਰਦਾਰੀ ਚ ਲਾ ਲਓ ਪਿਓ ਦੀ ਪੱਗ ਚ ਲਾ ਲਓ ਪਿਓ ਦੀ ਦਾੜ੍ਹੀ ਚ ਲਾ ਲਓ ਜਿੱਥੇ ਵੀ ਲਾ ਲਓ ਚਿੱਟਾ ਰੰਗ ਸਾਡੀ ਸਰਦਾਰੀ ਹੈ ਪਰ ਪੰਜਾਬ ਗੁਲਦਸਤਾ ਤੇ ਵਾਈਟ ਪੰਜਾਬ ਫਿਲਮ ਉਹ ਗੁਲਦਸਤਾ ਚਾਹੇ ਉਹ ਫਰੂਜ਼ਪੁਰ ਤੋਂ ਚੱਲਦਾ ਹੈ ਇੱਥੇ ਚੰਡੀਗੜ੍ਹ ਤੱਕ ਆਉਂਦਾ ਚਾਹੇ ਬਠਿੰਡੇ ਤੋਂ ਡੱਬ ਵਾਲੀ ਤੋਂ ਅੱਗੇ ਚੱਲਦਾ ਚੰਡੀਗੜ੍ਹ ਤੱਕ ਆਉਂਦਾ ਗੱਬਰ ਨੇ ਉੱਥੋਂ-ਉੱਥੋਂ ਹੀ ਕਿਰਦਾਰ ਚੱਕਿਆ ਉਹਦੇ ਵਿੱਚ ਕਿਉਂਕਿ ਸਾਰਾ ਗੁਲਦਸਤਾ ਆ ਕੇ ਇੱਕ ਯੂਨੀਵਰਸਿਟੀ ਇਕੱਠਾ ਹੁੰਦਾ ਵਿਦਿਅਕ ਅਦਾਰਿਆਂ ਦੇ ਵਿੱਚ ਉਹ ਸਜਣ ਤਾਂ ਜਨ ਲਈ ਆਉਂਦੇ ਆ ਆਪਣੇ ਆਪ ਨੂੰ ਸ਼ਿੰਗਾਰਨ ਲਈ ਆਉਂਦੇ ਆ ਆਪਣੀ ਨੌਲੇਜ ਗੇਨ ਕਰਨ ਲਈ ਆਉਂਦੇ ਆ ਉੱਥੇ ਉਹ ਗੁਲਦਸਤੇ ਦੇ ਵਿੱਚ ਜਿਹੜੇ ਅੱਡ-ਅੱਡ ਰੰਗ ਜਦੋਂ ਫੇੜ ਹੁੰਦੇ ਨੇ ਜਾਂ ਉਹ ਬਦਲਦੇ ਨੇ ਜਾਂ ਕਿਹੜੇ ਰਾਵਾਂ ਤੇ ਤੁਰਦੇ ਨੇ ਕਿਵੇਂ ਨੇ ਠੀਕ ਹੈ ਉਹ ਰੁਖ ਬਣਦੇ ਨੇ ਕਿ ਕੁੰਗਰ ਦੇ ਵੀ ਨਹੀਂ ਉਦੋਂ ਹੀ ਮਰ ਜਾਂਦੇ ਨੇ ਕਿਉਂ ਰੁੱਖ ਬਣ ਕੇ ਛਾਂ ਦਿੰਦੇ ਨੇ ਤੇ ਜਾ ਕੇ ਛੋਟੇ ਛੋਟੇ ਰੁੱਖ ਬਣ ਦਿੰਦੇ ਨੇ ਨਾਲੇ ਸਨ ਕੀ ਹੁੰਦਾ ਕਈਆਂ ਦੇ ਰਾਹ ਆਈਐਸ ਅਫਸਰ ਹਲ ਤੁਰ ਜਾਂਦੇ ਆ ਕਈ ਦੁਕਾਨਦਾਰੀ ਕਰਨ ਲੱਗ ਜਾਂਦੇ ਆ ਕੋਈ ਇੰਜੀਨੀਅਰ ਬਣ ਜਾਂਦਾ ਕੋਈ ਗੈਂਗਸਟਰ ਬਣ ਜਾਂਦਾ ਕੋਈ ਚੋਰ ਬਣ ਜਾਂਦਾ ਠੀਕ ਹੈ ਨਾ ਕੋਈ ਫਿਲਮ ਮੇਕਰ ਬਣ ਜਾਂਦਾ ਕੋਈ ਐਕਟਰ ਬਣ ਜਾਂਦਾ ਸੋ ਉਹ ਜਿਹੜੀ ਗੁਲਦਸਤਾ ਜਿਹੜੀ ਥਾਂ ਤੇ ਪਣਪਦਾ ਉੱਥੇ ਕੀ ਰਾਜਨੀਤੀ ਹੈ ਕੀ ਵਰਤਿਆ ਜਾਂਦਾ ਹੈ ਕਿਵੇਂ ਸਟੂਡੈਂਟਸ ਉੱਥੋਂ ਆਪਣਾ ਭਵਿੱਖ ਬਣਾਉਣ ਲਈ ਕਿਵੇਂ-ਕਿਵੇਂ ਨਿਕਲਦੇ ਨੇ ਕਿਵੇਂ ਗਮਰਾਹ ਹੁੰਦੇ ਨੇ ਕਿਵੇਂ ਨਹੀਂ ਹੁੰਦੇ ਇਹ ਤਾਂ ਬਿਆਨ ਹੁਣ ਵਾਈਟ ਪੰਜਾਬ ਹੀ ਕਰੂਗੀ ਜੇ ਮੈਂ ਇੱਥੇ ਬਿਆਨ ਕਰਨ ਲੱਗ ਜੂੰਗਾ ਤਾਂ ਇਹ 500 ਪੇਜ ਦੀ ਕਿਤਾਬ ਬਣਦੀ ਹੈ ਮੈਂ ਵਾਈਟ ਪੰਜਾਬ ਨੂੰ ਮੈਂ ਇਕੱਲੇ ਵਾਈਟ ਰੰਗ ਨਾਲ ਨਹੀਂ ਵੇਖਦਾ ਆ ਇਹ ਜਵਾਨੀ ਤੋਂ ਬਾਅਦ ਜਦੋਂ ਅਸੀਂ ਆਉਂਨੇ ਆ ਸਾਡੇ ਰੰਗ ਮੱਧਮ ਪੈ ਜਾਂਦੇ ਆ ਸਾਨੂੰ ਸ਼ਾਇਦ ਬਲੈਕ ਐਂਡ ਵਾਈਟ ਨਜ਼ਰ ਆਉਂਦਾ ਜਦੋਂ ਅਸੀਂ ਬਚਪਨ ਚ ਹੁੰਨੇ ਆ ਬੱਚਾ ਜੋ ਇੱਕ ਫੁੱਲ ਦੇ ਰੰਗ ਵੇਖ ਸਕਦਾ ਜਾਂ ਬੱਚਾ ਜੋ ਸਤਰੰਗੀ ਪਿੰਗ ਨੂੰ ਵੇਖ ਸਕਦਾ ਉਹ ਅਸੀਂ ਉਹਦਾ ਆਨੰਦ ਨਹੀਂ ਮਾਣ ਸਕਦੇ ਉਹਨੂੰ ਬੜੇ ਡਿਫਰੈਂਟ ਤਰੀਕੇ ਨਾਲ ਚੀਜ਼ਾਂ ਦਿਖਦੀਆਂ ਨੇ ਤੇ ਉਹ ਬੱਚੇ ਦੀ ਜਿਹੜੀ ਚੀਜ਼ ਹੁੰਦੀ ਆ ਉਹ ਮਲਟੀ ਕਲਰ ਹੁੰਦੀ ਆ ਸਾਡਾ ਪੰਜਾਬ ਉਹ ਆ ਗੁਲਦਸਤਾ ਹੈਗਾ ਠੀਕ ਹੈ ਉਹ ਗੁਲਦਸਤੇ ਦੇ ਵਿੱਚ ਇੰਨੇ ਤਰ੍ਹਾਂ ਦੇ ਰੰਗ ਨੇ ਇੰਨੇ ਤਰ੍ਹਾਂ ਦੀਆਂ ਚੀਜ਼ਾਂ ਨੇ ਮਤਲਬ ਉਹਦੇ ਵਿੱਚੋਂ ਇਕੱਲਾ ਚਿੱਟਾ ਹੀ ਕਿਉਂ ਗਿਣਿਆ ਜਾਂਦਾ ਠੀਕ ਹੈ ਨਾ ਚਿੱਟਾ ਇੰਪੋਰਟੈਂਟ ਰੰਗ ਆ ਪੰਜਾਬ ਦਾ ਚਾਹੇ ਦੁੱਧ ਮੱਖਣਾ ਚਲਾ ਲਓ ਮਾਂ ਦੇ ਦੁੱਧ ਚਲਾ ਲਓ ਚਿੱਟੇ ਕੱਪੜਿਆਂ ਚ ਲਾ ਲਓ ਸਾਡੀ ਸਰਦਾਰੀ ਚ ਲਾ ਲਓ ਪਿਓ ਦੀ ਪੱਗ ਚ ਲਾ ਲਓ ਪਿਓ ਦੀ ਦਾੜ੍ਹੀ ਚ ਲਾ ਲਓ ਜਿੱਥੇ ਵੀ ਲਾ ਲਓ ਚਿੱਟਾ ਰੰਗ ਸਾਡੀ ਸਰਦਾਰੀ ਹੈ ਪਰ ਪੰਜਾਬ ਗਲਦਸਤਾ ਤੇ ਵਾਈਟ ਪੰਜਾਬ ਫਿਲਮ ਉਹ ਗਲਦਸਤਾ ਚਾਹੀਓ ਫਰੂਜ਼ਪੁਰ ਤੋਂ ਚੱਲਦਾ ਇੱਥੇ ਚੰਡੀਗੜ੍ਹ ਤੱਕ ਆਉਂਦਾ ਚਾਹੇ ਬਠਿੰਡੇ ਤੋਂ ਡੱਬ ਵਾਲੀ ਤੋਂ ਅੱਗੇ ਚੱਲਦਾ ਚੰਡੀਗੜ੍ਹ ਤੱਕ ਆਉਂਦਾ ਗੱਬਰ ਨੇ ਉਥੋਂ ਉਥੋਂ ਹੀ ਕਿਰਦਾਰ ਚੱਕਿਆ ਉਹਦੇ ਵਿੱਚ ਕਿਉਂਕਿ ਸਾਰਾ ਗਲਦਸਤਾ ਆ ਕੇ ਇੱਕ ਯੂਨੀਵਰਸਿਟੀ ਇਕੱਠਾ ਹੁੰਦਾ ਵਿਦਿਅਕ ਅਦਾਰਿਆਂ ਦੇ ਵਿੱਚ ਉਹ ਸਜਣ ਤਾਂ ਜਨ ਲਈ ਆਉਂਦੇ ਆ ਆਪਣੇ ਆਪ ਨੂੰ ਸ਼ਿੰਗਾਰਨ ਲਈ ਆਉਂਦੇ ਆ ਆਪਣੀ ਨੌਲੇਜ ਗੇਨ ਕਰਨ ਲਈ ਹੁੰਦੇ ਆ ਉੱਥੇ ਉਹ ਗੁਲਦਸਤੇ ਦੇ ਵਿੱਚ ਜਿਹੜੇ ਅੱਡ-ਅੱਡ ਰੰਗ ਜਦੋਂ ਫੇੜ ਹੁੰਦੇ ਨੇ ਜਾਂ ਉਹ ਬਦਲਦੇ ਨੇ ਜਾਂ ਕਿਹੜੇ ਰਾਹਾਂ ਤੇ ਤੁਰਦੇ ਨੇ ਕਿਵੇਂ ਨੇ ਠੀਕ ਹੈ ਉਹ ਰੁੱਖ ਬਣਦੇ ਨੇ ਕਿ ਪੁੰਗਰਦੇ ਵੀ ਨਹੀਂ ਉਹਦੀ ਮਰ ਜਾਂਦੇ ਨੇ ਕਿ ਉਹ ਰੁੱਖ ਬਣ ਕੇ ਛਾਂ ਦਿੰਦੇ ਨੇ ਤੇ ਜਾ ਕੇ ਛੋਟੇ-ਛੋਟੇ ਰੁੱਖ ਬਣਦੇ ਨੇ ਅਸਲ ਕੀ ਹੁੰਦਾ ਕਈਆਂ ਦੇ ਰਾ ਆਈਐਸ ਅਫਸਰ ਹਲ ਤੁਰ ਜਾਂਦੇ ਆ ਕਈ ਦੁਕਾਨਦਾਰੀ ਕਰਨ ਲੱਗ ਜਾਂਦੇ ਆ ਕੋਈ ਇੰਜੀਨੀਅਰ ਬਣ ਜਾਂਦਾ ਕੋਈ ਗੈਂਗਸਟਰ ਬਣ ਜਾਂਦਾ ਕੋਈ ਚੋਰ ਬਣ ਜਾਂਦਾ ਠੀਕ ਹੈ ਨਾ ਕੋਈ ਫਿਲਮ ਮੇਕਰ ਬਣ ਜਾਂਦਾ ਕੋਈ ਐਕਟਰ ਬਣ ਜਾਂਦਾ ਸੋ ਉਹ ਜਿਹੜੀ ਗੁਲਦਸਤਾ ਜਿਹੜੀ ਥਾਂ ਤੇ ਪਣਪਦਾ ਉਥੇ ਕੀ ਰਾਜਨੀਤੀ ਹੈ ਕੀ ਵਰਤਿਆ ਜਾਂਦਾ ਹੈ ਕਿਵੇਂ ਸਟੂਡੈਂਟਸ ਉਥੋਂ ਆਪਣਾ ਆਪ ਇੱਕ ਬਣਾਉਣ ਲਈ ਕਿਵੇਂ-ਕਿਵੇਂ ਨਿਕਲਦੇ ਨੇ ਕਿਵੇਂ ਗਮਰਾਹ ਹੁੰਦੇ ਨੇ ਕਿਵੇਂ ਨਹੀਂ ਹੁੰਦੇ ਇਹ ਤਾਂ ਬਿਆਨ ਹੁਣ ਵਾਈਟ ਪੰਜਾਬ ਹੀ ਕਰੂਗੀ ਜੇ ਮੈਂ ਇੱਥੇ ਬਿਆਨ ਕਰਨ ਲੱਗ ਜੂੰਗਾ ਤਾਂ ਇਹ 500 ਪੇਜ ਦੀ ਕਿਤਾਬ ਬਣ ਜਾਊਗੀ